ਆਲ ਰਾਈਟ ਸੋ ਅੱਜ ਦਿਨ ਹੈਗਾ 7 ਦਸੰਬਰ ਅਤੇ ਸੈਟਰਡੇ ਆ ਅਤੇ ਬੜੇ ਟਾਈਮ ਬਾਅਦ ਵਲੋਗ ਬਣਾਉਣ ਦਾ ਦਿਲ ਕੀਤਾ ਅਤੇ ਵਿਹਲ ਮਿਲੀ ਕਿਉਂਕਿ ਪਿਛਲੇ 2-3 ਮਹੀਨੇ ਜ਼ਿਆਦਾ ਬਿਜ਼ੀ ਚੱਲ ਰਹੇ ਸੀਗੇ ਇੱਦਾਂ ਸੀਗਾ ਮਤਲਬ ਰਾਤ ਨੂੰ ਕੰਮ ਸਵੇਰ ਨੂੰ ਜੋਬ ਅਪਲਾਈ ਕੀਤੀਆਂ ਜਿਹੜੀਆਂ ਉੱਥੇ ਇੰਟਰਵਿਊ ਦੇਣ ਜਾ ਰਿਹਾ ਹੈ ਨਾ ਰਾਤ ਨੂੰ ਕੰਮ 'ਤੇ ਬਹਿ ਕੇ ਜੋਬਸ ਅਪਲਾਈ ਕਰਦਾ ਸੀ ਦਿਨ ਜਾ ਕੇ ਇੰਟਰਵਿਊ ਦਿੰਦਾ ਸੀਗਾ ਜਾਂ ਜੋ ਵੀ ਅਸੈਸਮੈਂਟ ਟੈਸਟ ਜਾਂ ਜੋ ਵੀ ਉਹਨਾਂ ਦਾ ਹੁੰਦੇ ਸੀ ਰਾਈਟ ਉਹ ਸਭ ਚੀਜ਼ਾਂ ਧੱਕੇ ਖਾਣਾ ਪਿਆ ਸੀ 2-3 ਮਹੀਨੇ ਆਹੀ ਚੱਲਿਆ ਇਹਦੇ ਕਰਕੇ ਕੋਈ ਵਲੋਗ ਨਹੀਂ ਕੁਛ ਨਹੀਂ ਹੋਇਆ ਬਟ ਹੁਣ ਲਾਈਫ ਥੋੜ੍ਹੀ ਸਟੇਬਲ ਹੋਣ ਜਾ ਰਹੀ ਹੈ ਅਤੇ 5 ਦਿਨ ਕੰਮ 'ਤੇ ਜਾਇਆ ਕਰਾਂਗੇ 2 ਦਿਨ ਵਿਹਲੇ ਰਿਹਾ ਕਰਾਂਗੇ ਅਤੇ ਹੁਣ ਆਹ ਇਸ ਹਫ਼ਤੇ ਦੇ ਉਹ 2 ਦਿਨ ਵਿਹਲੇ ਆਇਆ ਫਰਾਈਡੇ ਐਂਡ ਆਈ ਮੀਨ ਸੈਟਰਡੇ ਐਂਡ ਸੰਡੇ ਅਤੇ ਬਸ ਹੁਣ ਜਿਵੇਂ ਵੀਕਐਂਡ ਦੇ ਬਾਹਰ ਨਿਕਲਦੇ ਤੁਹਾਨੂੰ ਦਿਖਾਉਂਦੇ ਹਾਂ ਆਲ ਰਾਈਟ ਸੋ ਅਸੀਂ ਪਹੁੰਚ ਗਏ ਹਾਂ ਐਸ ਟੀ ਸੀ ਯਾਨੀ ਸਕਾਰਬਰੋ ਟਾਊਨ ਸੈਂਟਰ ਕਿਉਂਕਿ ਵੀਕਐਂਡਸ 'ਤੇ ਮੇਰਾ ਟਿਫਨ ਟੁਫਨ ਦਾ ਕੁਛ ਆਉਂਦਾ ਨਹੀਂ ਹੈਗਾ ਸੋ ਵੀਕਐਂਡ 'ਤੇ ਆਪਣਾ ਹੀ ਪ੍ਰੋਗਰਾਮ ਹੁੰਦਾ ਟਾਊਨ ਸੈਂਟਰ ਆ ਕੇ ਚਿਪੋਟ ਲਿਖਾਇਆ ਜਾਵੇ ਐਂਡ ਇੱਕ ਦਿਨ ਆਪਾਂ ਪਾਪੂਲਰ ਪੀਜ਼ਾ ਖਾ ਲੈਂਦੇ ਹਾਂ ਇੱਕ ਦਿਨ ਆਪਾਂ ਚਿਪੋਟ ਲਿਖਾ ਲੈਂਦੇ ਇੱਦਾਂ ਮੇਰਾ ਵੀਕਐਂਡ ਲੰਘਦਾ ਅਤੇ ਵੀਕਡੇਜ਼ 'ਚ ਟਿਫਨ ਖਾ ਲੈਂਦੇ ਸੋ ਅਸੀਂ ਹੁਣ ਚੱਲਦੇ ਟਾਊਨ ਸੈਂਟਰ ਦੇ ਅੰਦਰ ਜਾ ਕੇ ਮੇਰਾ ਫੇਵਰੇਟ ਚਿਪੋਟਲੇ ਚੱਕਦੇ ਹਾਂ ਅਤੇ ਹੁਣ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਆ ਗਏ ਘਰੇ ਬੈਠਾਂਗੇ ਨੈੱਟਫਲਿਕਸ ਲਗਾਵਾਂਗੇ ਅਤੇ ਖਾਵਾਂਗੇ ਪੀਵਾਂਗੇ ਵਾਏ ਕਿਆ ਬਾਤਾਂ ਵੀਕਐਂਡ ਵਾਲੀਆਂ ਅਤੇ ਇਸ ਤੋਂ ਇਲਾਵਾ ਸ਼ਾਮ ਨੂੰ ਆਪਣਾ ਸ਼ਾਇਦ ਫਿਲਮ ਦੇਖਣ ਦਾ ਪਲਾਨ ਬਣੇ ਫਿਰ ਆਫ ਰਿਕਾਰਡਿੰਗ 'ਚ ਲਵਾਂਗੇ ਬੜਿਆ ਪਹਿਲਾਂ ਮੈਂ ਇਸ ਕਰਕੇ ਵਲੋਗ ਬਣਾਉਣਾ ਸੀ ਇੱਕ ਤਾਂ ਰਾਤ ਨੂੰ ਕੰਮ 'ਤੇ ਦਿਨ ਇੰਟਰਵਿਊ ਧੱਕੇ ਖਾਂਦਾ ਸੀ ਅਤੇ ਫਿਰ ਮੈਨੂੰ ਇੱਦਾਂ ਫੀਲ ਹੁੰਦਾ ਸੀ ਕਿ ਯਾਰ ਜਦੋਂ ਤੱਕ ਕੋਈ ਸਪੈਸ਼ਲ ਪਲਾਨ ਹੀ ਨਾ ਹੈਗਾ ਯਾਰਾਂ ਦੋਸਤਾਂ ਨੇ ਕਿਤੇ ਸਪੈਸਿਫਿਕ ਜਗ੍ਹਾ 'ਤੇ ਘੁੰਮਣਾ ਤਾਂ ਵਲੋਗ ਬਣਾਉਣ ਦਾ ਫਾਇਦਾ ਨਹੀਂ ਲੇਕਿਨ ਕੱਲ੍ਹ ਮੇਰੇ ਦਿਮਾਗ 'ਚ ਥੋਟ ਆਇਆ ਕਿ ਯਾਰ ਜਿੰਨੇ ਵੀ ਵੱਡੇ ਵੱਡੇ ਵਲੋਗਰਸ ਨੇ ਉਹ ਸਿਰਫ ਖੁਦ 'ਤੇ ਫੋਕਸ ਰੱਖਦੇ ਕਿ ਮੇਰੀ ਲਾਈਫ ਆ ਮੈਂ ਕੀ ਕਰ ਰਿਹਾ ਕਿੱਥੇ ਜਾ ਰਿਹਾ ਕੀ ਖਾ ਰਿਹਾ ਉਹ ਸ਼ੇਅਰ ਕਰਨਾ ਰਾਈਟ ਚਾਹੇ ਮੈਂ ਦੋਸਤਾਂ ਨਾਲ ਹੈਗਾ ਚਾਹੇ ਨਹੀਂ ਚਾਹੇ ਕਿਸੇ ਸਪੈਸਿਫਿਕ ਜਗ੍ਹਾ 'ਤੇ ਘੁੰਮਣ ਦਾ ਪਲਾਨ ਹੈ ਚਾਹੇ ਨਹੀਂ ਸੋ ਮੈਂ ਕਿਹਾ ਚਲੋ ਲੈਟਸ ਫੋਕਸ ਔਨ ਦੈਟ ਵਨ ਅਤੇ ਯਾਰ ਚੱਲਦੇ ਹਾਂ ਫਿਰ ਅੱਗੇ ਮੈਨੂੰ ਖਾਂਦੇ ਪੀਂਦੇ ਨੈੱਟਫਲਿਕਸ ਦੇਖਦੇ ਉਸ ਵਾਰ ਬਾਹਰ ਨਿਕਲਦੇ ਹਾਂ ਤਾਂ ਫਿਰ ਤੋਂ ਕੰਟੀਨਿਊ ਕਰਦੇ ਹਾਂ ਠੀਕ ਹੈ ਆਲ ਰਾਈਟ ਸੋ ਹੁਣ ਹੋ ਗਈ ਸਵੇਰ ਅਗਲੀ ਅਤੇ ਰਾਤੀ ਆਪਾਂ ਕੁਛ ਖਾਸ ਨਹੀਂ ਕਰਿਆ ਸਿਰਫ ਫੂਡ ਨਾਈਟ ਪਾਈ ਅਤੇ ਕਿਉਂਕਿ ਮੈਂ ਜਦੋਂ ਘਰੇ ਇੰਨਾ ਕੰਮ ਤਾਂ ਕੋਈ ਨਹੀਂ ਹੁੰਦਾ ਘਰੇ ਫਿਰ ਵੀਕਐਂਡ 'ਤੇ ਮੈਂ ਘਰੇ ਹੁੰਦਾ ਉਦੋਂ ਵੀ ਕੋਈ ਨਹੀਂ ਹੁੰਦਾ ਘਰੇ ਅਤੇ ਇਸ ਕਰਕੇ ਮੈਂ ਸੋਚਿਆ ਕਿ ਚਲੋ ਗੇਮ ਪਾਉਂਦੇ ਹਾਂ ਅਤੇ ਹੁਣ ਉਹਦੇ ਲਈ ਕੂਲਰ ਪੈਡ ਲਵਾਂਗੇ ਅਤੇ ਗੁਰਦੁਆਰੇ ਚੱਲਾਂਗੇ ਚਲੋ ਦੁਪਹਿਰ ਦੇ ਵੱਜ ਗਿਆ 12:42 ਗੁਰਦੁਆਰੇ 'ਚੋਂ ਬਾਹਰ ਨਿਕਲ ਗਏ ਗੁਰਦੁਆਰੇ ਸ਼ਾਇਦ ਕਿਸੇ ਦਾ ਵਿਆਹ ਵੀ ਹੋ ਰਿਹਾ ਜਾਂ ਮੈਰਿਜ ਫੰਕਸ਼ਨ ਆਪਾਂ ਜੋ ਵੀ ਤੁਹਾਨੂੰ ਨਾਈਸ ਲੱਗੇ ਕਹਿਣਾ ਅਤੇ ਸਾਰਿਆਂ ਨੇ ਬੜੇ ਤਿਆਰ ਤਿਉਰ ਹੋ ਗਏ ਸੀ ਸੂਟ ਸਾਟ ਪਾ ਗਏ ਆਪਾਂ ਸਪੈਸ਼ਲ ਲੰਗਰ ਹੋਲ ਵੜੇ ਭਾਅ ਜੀ ਕਰਕੇ ਭੁੱਖ ਭੁੱਲ ਗਈ ਯਾਰ ਕੀ ਕਰੀਏ ਹੁਣ ਰੋਟੀ ਤਾਂ ਖਾਣੀ ਅਤੇ ਹੁਣ ਆਪਾਂ ਬੈਸਟ ਵਾ ਜਾਵਾਂਗੇ ਇੱਕ ਵਾਰੀ ਉਹ ਮੈਂ ਚੈੱਕ ਕਰਨਾ ਕੂਲਰ ਪੈਡ ਜਾਂ ਕੁਛ ਆਉਂਦਾ ਹੁੰਦਾ ਮੈਂ ਅਤੇ ਥੱਲੇ ਰੱਖਣ ਵਾਲਾ ਅਤੇ ਬਸ ਚੱਲਦੇ ਹਾਂ ਫਿਰ ਲਓ ਜੀ ਅਸੀਂ ਆ ਗਏ ਬੈਸਟ ਬੈਚ ਤੋਂ ਬਾਹਰ ਕਿਉਂਕਿ ਬੈਸਟ ਬੈਚ ਐਜ਼ ਆਲਵੇਜ਼ ਹਰ ਇੱਕ ਪ੍ਰੋਡਕਟ ਸੀਗਾ ਬੜਾ ਮਹਿੰਗਾ ਮੈਂ ਮੈਕ ਲੈਣ ਗਿਆ ਸੀ ਉਦੋਂ ਵੀ ਮਹਿੰਗੀ ਸੀਗੀ ਇੱਥੇ ਕੈਮਰਾ ਲੈਣ ਗਿਆ ਉਹ ਵੀ ਮਹਿੰਗਾ ਸੀ ਅਤੇ ਮੈਂ ਸੋਚਿਆ ਕਿ ਹੁਣ ਇਹ ਕੂਲ ਪੈਡ ਜਿਹੜਾ ਵੀ ਐਮਾਜ਼ੋਨ 'ਤੇ ਹੈਗਾ $30 ਦਾ ਖਰੇ 27 ਦਾ ਇੱਥੇ ਸੀ 60-70 ਦਾ ਬਿਨਾਂ ਟੈਕਸ ਦੇ ਸੋ ਮੈਂ ਕਿਹਾ ਬਾਹਰੋਂ ਹੀ ਲੈਂਦੇ ਹਾਂ ਐਜ਼ ਆਲਵੇਜ਼ ਆਲ ਰਾਈਟ ਜੀ ਫਿਰ ਹੁਣ ਅਸੀਂ ਆ ਗਏ ਘਰੇ ਅਤੇ ਹੁਣ ਪ੍ਰੋਬੇਬਲੀ ਵਲੋਗ ਕਰ ਦਿੰਦੇ ਐਂਡ ਅਤੇ ਯਾ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਜੇ ਮੈਂ ਤੁਹਾਨੂੰ ਪਿੱਛੇ ਮੈਂਸ਼ਨ ਕਰਿਆ ਸੀ ਮੇਰੀ ਹੁਣ ਫਾਈਨਲੀ ਜੋਬ ਲੱਗ ਗਈ ਆ ਕਿਵੇਂ ਲੱਗੀ ਪੂਰੀ ਜਰਨੀ ਕਿਉਂਕਿ ਬਹੁਤ ਧੱਕੇ ਖਾਧੇ ਆ ਬਹੁਤ ਜ਼ਿਆਦਾ ਰਿਜੈਕਸ਼ਨ ਖਾਧੀਆਂ ਨੇ 2-3 ਮਹੀਨੇ ਲੱਗ ਗਏ ਕਿਉਂਕਿ ਮੈਂ ਅਪ੍ਰੈਲ 'ਚ ਪਾਸ ਆਊਟ ਹੋਇਆ ਸੀਗਾ ਉਸ ਤੋਂ ਬਾਅਦ ਵਰਕ ਪਰਮਿਟ ਆਇਆ ਮੇਰਾ ਅਕਤੂਬਰ ਦੇ ਵਿੱਚ ਫਿਰ ਹੁਣ ਦਸੰਬਰ 'ਚ ਜਾ ਕੇ ਜੋਬ ਲੱਗੀ ਆ ਅਤੇ ਕਿਵੇਂ ਕਿਵੇਂ ਲੱਗੀ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਕਿਹੜੀ ਲੱਗੀ ਕਿੱਥੇ ਲੱਗੀ ਕਿਤੇ ਕਿਹੜੀ ਜੋਬ ਡਿਊਟੀਜ਼ ਕਿੱਦਾਂ ਲੱਗੀਆਂ ਕਮੈਂਟ ਕਰ ਦਿਓ ਫਿਰ ਮੈਂ ਵੀਡੀਓ ਪੋਸਟ ਕਰਾਂਗਾ ਅਦਰਵਾਈਜ਼ ਅਗਰ ਕਿਸੇ ਨੂੰ ਇੰਟਰਸਟ ਨਹੀਂ ਹੈਗਾ ਤਾਂ ਫਿਰ ਮੈਂ ਕਿਉਂ ਸ਼ੇਅਰ ਕਰਾਂਗਾ ਰਾਈਟ ਅਤੇ ਬਸ ਫਿਰ ਆਪਾਂ ਮਿਲਦੇ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਚੰਗਾ ਬਾਈ